ਮੈਂ ਤੁਹਾਡਾ ਆਪਣਾ ਅਨਸਾਰੀ ਹੈ ਜੀ। ਅਸੀਂ ਅੱਜ ਮੌਜੂਦ ਹਾਂ ਜੀ ਜਲਾਲਪੁਰ ਪੀਰ ਵਾਲਾ ਅਤੇ ਫਵਾਰਾ ਚੌਂਕ 'ਤੇ। ਇਹ ਦੇਖੋ ਜੀ ਫਵਾਰਾ ਚੌਂਕ ਹੈ ਅਤੇ ਇੱਥੇ ਸਾਰੀਆਂ ਰੇਹੜੀਆਂ ਖੜ੍ਹੀਆਂ ਜੀ, ਫਲਾਂ ਵਾਲੀਆਂ ਦੇਖ ਰਹੇ ਜੀ, ਰਸ਼ 'ਤੇ ਗਹਿਮਾ ਗਹਿਮੀ ਦੇਖ ਰਹੇ ਜੀ। ਇਹ ਜੀ ਬਾਜ਼ਾਰ, ਇਹ ਜੀ ਬਾਜ਼ਾਰ ਹੈ ਅਤੇ ਇਹ ਵੀ ਦੇਖੋ ਜੀ ਇਹ ਫਵਾਰਾ ਚੌਂਕ ਹੀ ਹੈ ਸਾਰਾ। ਇਹ ਤੁਸੀਂ ਦੇਖ ਰਹੇ ਜੇ ਇਸ ਸਾਈਡ 'ਤੇ ਵੀ ਰੇਹੜੀਆਂ ਲੱਗੀਆਂ ਹੋਈਆਂ ਨੇ ਅਤੇ ਬਾਕੀ ਮੁਰਗੀਆਂ ਵਾਲੀਆਂ ਦੁਕਾਨਾਂ ਨੇ ਸਾਰੀਆਂ। ਅਤੇ ਇਹ ਮਸਜਿਦ ਇੱਕ ਅਲ ਮੁਮਤਾਜ਼ ਮਸਜਿਦ। ਅਤੇ ਮੇਰੀ ਖੱਬੀ ਸਾਈਡ 'ਤੇ ਦੇਖੋਗੇ ਅਤੇ ਸਾਰੇ ਮੈਡੀਕਲ ਸਟੋਰ ਨੇ। ਇਹ ਦੇਖੋ ਜੀ ਇਹ ਮੈਡੀਕਲ ਸਟੋਰ ਹੈ। ਇਹ ਜੀ ਸਵੀਟਸ ਵਾਲੀਆਂ ਨਿਰਾਲਾ ਅਤੇ ਸਿਟੀ ਅਤੇ ਨਿਆ ਸਵੇਰਾ ਅਤੇ ਤਾਫੁਜ। ਇਹ ਜੀ ਚੌਂਕ ਹੈ ਜੀ। ਇਹ ਮੈਡੀਕਲ ਸਟੋਰ ਨੇ, ਕੁਰੇਸ਼ੀ ਸੈਂਟਰ ਹੈ ਜੀ। ਇਹ ਤੁਸੀਂ ਕਹਿ ਰਹੇ ਹੋਗੇ ਜੀ ਸਰਾਇਕੀ ਖਿੱਤੇ 'ਚ ਖੜ੍ਹਾ ਵਾ ਅਤੇ ਪੰਜਾਬੀ ਬੋਲੀ ਜਾ ਰਿਹਾ ਵਾ। ਵੈਸੇ ਮੈਨੂੰ ਵੀ ਆਉਂਦੀ ਹੈ ਪੰਜਾਬੀ। ਇਹ ਤੁਸੀਂ ਡੇ ਦੇ ਖੜ੍ਹੇ ਹੋ ਮੇਰੇ ਘੁੱਟੇ ਹੱਥ 'ਤੇ, ਮੈਡੀਕਲ ਸਟੋਰ ਹਨ ਪਏ ਸਾਰੇ। ਸਿੱਧੇ ਹੱਥ 'ਤੇ ਵੀ ਮੈਡੀਕਲ ਸਟੋਰ ਹਨ ਥੋੜ੍ਹੇ ਹਨ, ਲੇਕਿਨ ਘੁੱਟੇ ਹੱਥ 'ਤੇ ਜ਼ਿਆਦਾ ਹਨ ਮੈਡੀਕਲ ਸਟੋਰ। ਅਤੇ ਇਹ ਅਸਾਂ ਹੁਣ ਦਾਖਲ ਸੀ ਗਏ ਹਾਂ ਪਰਮੰਟ ਰੋਡ ਦੇ ਉੱਤੇ। ਅਤੇ ਦੇਖੋ ਦਰਮਿਆਨ ਸੈਪਰੇਟ ਲਾਈਨ ਹੈ। ਇਹ ਦੇਖੋ ਜੀ ਇਹ ਹੈ ਜੀ ਪਰਮੰਟ ਰੋਡ, ਗਰਮੀ ਕੋ ਚੌਕੀ ਹੈ ਜੀ। ਇੱਥਾਂ ਕਾਫੀ ਗਰਮੀ ਹਬਸ ਹੈ, ਇੱਥਾਂ ਜ਼ਰਾ ਘੱਟ ਹੈ ਰਸ਼ ਇਹੀ ਸਾਈਡ 'ਤੇ। ਮੁਖਤਲਿਫ ਦੁਕਾਨਾਂ ਨੇ ਇੱਥੇ, ਯੂਸਫ ਟ੍ਰੇਡਰ, ਸਪਰੇ ਕਰਨ ਵਾਲੀਆਂ ਮਸ਼ੀਨਾਂ, ਖੋਇਆ ਪੈਲਸ ਸਵੀਟ ਸੈਂਡ ਬੈਕਰ ਵਾਲੇ ਵਾਜੀ। ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਨਾਲ, ਕਿਉਂਕਿ ਅਸੀਂ ਅੱਜ ਮੌਜੂਦ ਹਾਂ ਜੀ ਜਲਾਲਪੁਰ ਪੀਰ ਵਾਲਾ। ਇੰਡੋਰ ਐਗਰੋ ਦੀਆਂ ਦੁਕਾਨਾਂ ਨੇ ਸਾਰੀਆਂ ਦੀਆਂ ਦੇਖ ਰਹੇ ਜੇ ਤੁਸੀਂ, ਸਾਰੀਆਂ ਕੈਮੀਕਲ ਵਗੈਰਾ ਅਤੇ ਇਹ ਉਹ ਜਿਹੜੀਆਂ ਫਸਲਾਂ 'ਤੇ ਇਸਤੇਮਾਲ ਹੁੰਦੀਆਂ ਨੇ ਨਾ ਅਦਵੀਆਤ ਖਾਦਾਂ ਵਗੈਰਾ, ਸਪਰੇ ਵਗੈਰਾ, ਉਹ ਦੁਕਾਨਾਂ ਨੇ, ਉਹ ਮਾਰਕੀਟ ਹੈ ਸਾਰੀ ਮੇਰੇ ਖੱਬੇ ਹੱਥ 'ਤੇ। ਅਤੇ
ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਤੁਹਾਡਾ ਆਪਣਾ ਅਨਸਾਰੀ।